ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਹਾਰਾਜ ਠੀਕ ਹੈ, ਵੈਲਕਮ ਜੀ ਤੁਹਾਡਾ ਨਵੀਂ ਵੀਡੀਓ ਦੇ ਨਾਲ। ਮੈਂ ਤੁਹਾਡਾ ਸ਼ੇਰਗਿਲ ਸੰਦੀਪ, ਅਤੇ ਵੀਡੀਓ ਬਣਾ ਅੱਜ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੱਜ ਆ ਤੀਸਰਾ ਦਿਨ ਸਾਡਾ, ਅੱਜ ਗੋਬਿੰਦ ਘਾਟ ਤੋਂ ਆਪਾਂ ਗੋਬਿੰਦ ਧਾਮ ਜਾਵਾਂਗੇ। ਇਹ ਆ ਜੀ ਗੁਰਦੁਆਰਾ ਸਾਹਿਬ ਦੀਆਂ ਜੋ ਸਰਾਵਾਂ ਨੇ ਇੱਥੇ, ਇਹ ਸਾਹਮਣੇ ਪੁੱਲ ਆ, ਗੱਡੀ ਜਾ ਰਹੀ ਆ ਟੈਕਸੀ, ਜੋ ਕਿ 5 ਕਿਲੋਮੀਟਰ ਇੱਥੋਂ ਜਾਏਗੀ। ਅਤੇ ਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਪਾਰਕਿੰਗ ਸੀ ਜਿੱਥੇ ਆਪਾਂ ਰਾਤ ਗੱਡੀ ਆਪਣੀ ਲਗਾ ਤੀ, 1000 ਰੁਪਇਆ ਜਿੰਨਾ 3 ਦਿਨ ਵਾਸਤੇ ਇੱਥੇ। ਅਤੇ ਆ ਗੱਡੀ ਪਾਰਕਿੰਗ ਹੋਈ ਆ, ਆਪਣੇ ਛੋਰੇ ਸਾਰੇ ਇੱਥੇ, ਕੱਪੜੇ ਚੇਂਜ ਹੋ ਰਹੇ ਨੇ, ਜੈਕਟਾਂ ਸ਼ੈਕਟਾਂ ਪੈ ਰਹੀਆਂ, ਠੰਡ ਹੋ ਗਈ ਇੱਥੇ ਹੁਣ। ਹਾਂਜੀ ਤਿਆਰੀ ਆ, ਬੋਲੋ ਬੜਾ ਫੁੱਲ, ਚਲੋ ਜੀ। ਉਹ ਸਾਹਮਣੇ ਪੁੱਲ ਆ, ਆਪਾਂ ਗੱਡੀਆਂ ਇੱਥੋਂ ਲੈ ਲੈਣੀਆਂ ਟੈਕਸੀਆਂ, ਤੇ ਹੁਣ ਜਾਣਾ ਵਾ ਉੱਪਰ ਤੋਂ ਨਿਕਲ ਪਏ ਜੀ ਹੁਣ ਆਪਾਂ ਟਰੈਕ ਵਾਸਤੇ, ਹੇਮਕੋਟ ਸਾਹਿਬ ਟਰੈਕ। ਇੱਥੇ ਸਾਰੀ ਬਾਈਕ ਸੀ, ਪਾਰਕਿੰਗ ਆ ਬਿਲਕੁਲ। ਪੁੱਲ ਇੱਥੇ ਜਾਣਾ ਆਪਾਂ। ਹਾਂਜੀ ਬਹਿ ਗਏ ਜੀ ਆਪਾਂ ਟੈਕਸੀ ਦੇ ਤੋਂ, 5 ਕਿਲੋਮੀਟਰ ਬਹਿ ਗਈਆਂ ਸੰਗਤਾਂ ਸਾਰੀਆਂ ਆਪਣੀਆਂ। ਸਤਿ ਸ੍ਰੀ ਅਕਾਲ ਜੀ, ਚੜਾਈਆਂ ਚੜ ਚੱਲੇ ਆ, ਰਾਮ ਰਾਮ ਸਾਰੇ ਭਾਈਓ ਨੇ। ਇਹ ਹੈ ਜੀ ਸਾਹਮਣੇ ਇੱਥੇ ਪੁੱਲ, ਇਹੀ ਤੋਂ ਕ੍ਰੋਸ ਕਰਕੇ 5 ਕਿਲੋਮੀਟਰ ਜਾਵਾਂਗੇ ਉੱਪਰ ਹੁਣ, 50-50 ਰੁਪਏ ਸਵਾਰੀ ਦੇ ਕੇ। ਇਹ ਹੈ ਜੀ ਆਪਣਾ ਡਰਾਈਵਰ। ਸਤਿ ਸ੍ਰੀ ਅਕਾਲ ਬੋਲੇ ਜੀ ਸਾਹਮਣੇ ਪੁੱਲਨਾ ਗਾਓਂ, ਜਿਹੜਾ ਜੋ 2013 ਜੀ ਸਾਰਾ ਹੀ ਜਦੋਂ ਬਹਾੜ ਆਈ ਸੀ ਸਾਰਾ ਰੁੜ ਗਿਆ ਸੀ, ਹੁਣ ਤਾਂ ਬਹੁਤ ਸੋਹਣਾ ਫੇਰ ਬਣ ਗਿਆ। ਅਤੇ ਇੱਥੋਂ ਤੱਕ ਟੈਕਸੀਆਂ ਆਉਂਦੀਆਂ ਪੁੱਲਨਾ ਗਾਓਂ ਤੱਕ, 50-50 ਰੁਪਏ ਸਵਾਰੀ ਦੇ ਕੇ। ਇੱਥੋਂ ਪੈਦਲ ਟਰੈਕ ਕਰਦੇ ਹਾਂ ਸ਼ੁਰੂ, ਚਲੀਏ ਜੀ। ਇਹ ਜੀ ਇੱਥੇ ਪਾਰਕਿੰਗ, ਬਾਈਕ ਪਾਰਕ ਹੋ ਜਾਂਦੀ ਸਾਰੀ ਇੱਥੇ। ਇੱਥੇ ਆ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ, ਚਾਹ ਪਾਣੀ ਦੇ ਸ਼ੁਰੂ ਹੋ ਜਾਂਦੀਆਂ ਵਾ, ਟੈਕਸੀ ਤੋਂ ਨਾਲ ਹੀ ਉਤਰਦਿਆਂ ਚੱਲ ਰਹੇ ਹਾਂ ਜੀ। ਸੋਟੀਆਂ ਆਪਾਂ ਲੈ ਲਈਆਂ ਨੇ, ਹੈ ਭਾਜੀ, ਗੱਡੀ ਰੇਸ ਫੜਦੀ ਥੋੜ੍ਹੀ ਜਿਹੀ, ਕਹਿੰਦੇ ਸੋਟੀਆਂ ਲੈ ਲੈਂਦੇ ਹਾਂ। ਲਾਸਟ ਬਾਈਕ ਪਾਰਕਿੰਗ ਇਹ ਆ ਜੀ ਇੱਥੇ, ਇਸ ਤੋਂ ਅੱਗੇ ਪਾਰਕਿੰਗ ਨਹੀਂ ਹੈਗੀ ਜੀ ਬਾਈਕ ਵਾਸਤੇ, ਗੱਡੀਆਂ ਉੱਪਰ ਨਹੀਂ ਆਉਂਦੀਆਂ।
ਪਿਆਜ਼ ਟਮਾਟਰ ਕੀ ਕਹਿੰਦੇ ਇਹਨੂੰ, ਦਾਲ ਫਰਾਈ, ਦਾਲ ਹੀ ਕਹਿੰਦੇ ਆ, ਫਰੂਟ ਚਾਟ ਵਗੈਰਾ ਸਾਰਾ ਕੁਝ ਮਿਲਦਾ ਇੱਥੇ। ਹੁਣੇ ਆਪਾਂ ਇੱਥੋਂ ਖਾ ਕੇ ਆਏ ਸੀ ਪਰਾਂਠੇ ਨਾਲ ਚਾਹ, ਆ ਪਿਛਲੇ ਬੰਨੇ ਦੁਕਾਨਾਂ ਸਾਰੀਆਂ ਇੱਥੇ, ਅਤੇ ਹੁਣ ਇੱਥੋਂ ਖਾਣ ਲੱਗੇ ਹਾਂ ਦਾਲ, ਤਾਂ ਖਾਂਦੇ ਪੀਂਦੇ ਤੁਰੇ ਜਾਵਾਂਗੇ, ਆਨੰਦ ਲੈਂਦੇ ਮਾਣਦੇ ਜਾਵਾਂਗੇ ਇੱਥੋਂ। ਇਹ ਪੰਜਵਾਂ ਕਿਹੜਾ ਲੱਗ ਗਿਆ ਜੀ ਹੈਲੀਕਾਪਟਰ ਦਾ, ਹੁਣ ਤੱਕ ਜਾਂਦਾ ਜੀ। ਸਾਹਮਣੇ ਹਾਥੀ ਪੀਕ, ਬਹੁਤ ਸੋਹਣਾ ਵੀ ਟਰੈਕ ਦੱਸਦੇ, ਕੋਈ ਕੋਈ ਸਰ ਕਰਦਾ ਇਹਨੂੰ ਵੀ ਹਾਥੀ ਪੀਕ। ਉਹ ਉੱਪਰ ਬਿਲਕੁਲ ਆਹ ਬਣੇ ਆ ਉਹਦਾ ਸਿਰ ਜਿਹਾ, ਅਤੇ ਆਹ ਸਿਰ ਬਣਿਆ ਵਾ, ਅਤੇ ਵਿਊ ਵੀ ਬਹੁਤ ਸ਼ਾਨਦਾਰ, ਇੱਥੇ ਪੂਰੀ ਵੈਲੀ ਬਣੀ ਹੋਈ ਇੱਥੇ। ਕੋਈ ਮਿੱਤਰੋ ਆ ਗਿਆ ਜੀ ਪੁੱਲ, ਹੁਣ ਇੱਥੋਂ ਰਹਿ ਗਿਆ ਜੀ ਸਿਰਫ 3 ਕਿਲੋਮੀਟਰ ਗੋਬਿੰਦ ਧਾਮ। ਪੂਰੀਆਂ ਸਰੀਰ ਦੀਆਂ ਡਾਡਾਂ ਨਿਕਲ ਗਿਆ, ਇੱਕ ਵਾਰੀ ਇੱਥੋਂ ਤੱਕ ਪਹੁੰਚਣ ਲੱਗੇ, ਹੁਣ ਅੱਗੋਂ ਪੂਰੀ ਖੜੀ ਚੜਾਈ ਆ ਇੱਕ ਵਾਰੀ। ਹੁਣ ਇਹ 3 ਕਿਲੋਮੀਟਰ ਪੂਰੀ ਅੱਗੋਂ ਖੜੀ ਚੜਾਈ ਆ, ਹੁਣ ਇੱਥੋਂ ਚੜ੍ਹਦੇ ਹਾਂ ਤਾਂ। ਇੱਕ ਨਵਾਂ ਰਸਤਾ ਬਣਿਆ ਵੀ ਪੋਲਾ ਉੱਤੋਂ ਦੀ ਬਣਿਆ ਵਾ, ਵਾਪਸੀ ਤੇ ਉੱਧਰੋਂ ਆਵਾਂਗੇ, ਉਹਦੇ ਪੁਰਾਣੇ ਰਸਤੇ ਸਾਨੀ ਆ ਗਏ। ਇਹਨੂੰ ਆਉਂਦੇ ਆ ਜੀ ਵੀਰ ਜੀ ਵਿਊ, ਬਹੁਤ ਅਲਟੀਮੇਟ ਵਿਊ ਜੀ, ਬਹੁਤ ਅਲਟੀਮੇਟ ਵਿਊ। ਜਿਹੜੇ ਆਪਣੇ ਵੀਰ ਭਰਾ ਆਏ ਨਹੀਂ ਆ ਵੀਡੀਓ ਰਾਹੀਂ, ਦੇਖੋ ਪੂਰੀ ਵੈਲੀ ਬਣੀ ਹੋਈ ਇੱਥੇ। ਹੈਂ ਵੀਡੀਓ ਨਾਲ ਜੁੜੇ ਜਿੰਨੀ ਵੀ ਸੰਗਤ ਆ, ਆਹ ਮੂਰਖ ਤਾਨਾ ਨਾ ਕਰਿਆ ਕਰੋ, ਆ ਕੇ ਇੱਥੇ ਹੇਮਕੁੰਟ ਸਾਹਿਬ 'ਤੇ ਇੰਨੀ ਵਾਰੀ ਚਾਂਸ ਹੋ ਚੁੱਕੇ ਆ, ਫਿਰ ਵੀ ਅਸੀਂ ਲੋਕ ਹਟਦੇ ਨਹੀਂ ਆ। ਇੱਕ ਫੋਟੋ ਦੇ ਚੱਕਰ 'ਚ ਆਪਾਂ ਆਪਣੀ ਜਾਨ ਧੋਵਾ ਧੋ ਪਏ ਨੇ ਬਾਅਦ। ਆਹ ਦੇਖੋ ਕਿੱਥੇ ਜਾ ਜਾ ਫੋਟੋਆਂ ਖਿਚਾ ਦੇ ਲੋਕ, ਇਹਦਾ ਵਹਾਓ ਚੈੱਕ ਕਰੋ, ਇੱਥੋਂ ਬਿਲਕੁਲ ਉੱਚਾਈ ਲਾਉਂਦਾ ਪਾਣੀ, ਇੱਥੋਂ ਬਹੁਤ ਤੇਜ਼ ਪਾਣੀ ਆ, ਤਾਂ ਮੂਰਖ ਲੋਕ ਥੱਲੇ ਬਹਿ ਰਹੇ ਨੇ। ਮੂਰਖ ਤਾਂ ਕਦੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਆ ਪਾਣੀ ਦਾ ਵਹਾਓ ਇੱਕ ਵਾਰੀ ਚੈੱਕ ਕਰ ਲਓ ਤੁਸੀਂ ਆਪ, ਕਿੰਨਾ ਜ਼ਿਆਦਾ ਤੇਜ਼ ਆ। ਅਤੇ ਆਹ ਲੋਕ ਵੇਖ ਲਓ ਤੁਸੀਂ, ਸਿਰਫ ਇੱਕ ਫੋਟੋ ਦੇ ਚੱਕਰ 'ਚ ਕੰਮ ਖਰਾਬ ਕਰ ਦੇਣਾ ਇਹਨਾਂ ਨੇ। ਪਾਣੀ ਬਹੁਤ ਤੇਜ਼ ਜੀ। ਚਾਹ ਵਾਲੀਆਂ ਦੁਕਾਨਾਂ ਪੁੱਲ ਪਾਰ ਕਰਕੇ ਨਾਲ ਹੀ, ਇੱਥੋਂ ਹੁਣ ਖਾਣ ਪੀਣੇ ਦਿੰਦੇ, ਚਾਹ ਪਾਣੀ ਪੀਂਦੇ ਇੱਥੋਂ, ਅਤੇ ਇਹਦੇ ਮੁੰਡੇ ਹੋਰ ਕੀ ਕਰਾਉਂਦੇ ਆ। ਜਗ੍ਹਾ ਬਾਈਆਂ ਨੇ ਕਰ ਲਈ ਆ ਬੁੱਕ, ਇੱਕ ਟੇਬਲ ਦੇ ਧਾਵਾ ਬਾਰਤਾ ਵਾ ਇਹਨਾਂ ਨੇ, ਹੈਂ ਕਬਜ਼ੇ ਕਰ ਲਏ ਇੱਕ ਮੇਜ਼ ਦੇ ਪੂਰੇ ਮੁੰਡਿਆਂ ਨੇ। ਹਾਂਜੀ ਮੁੰਡੇ ਹੈਗਾ ਜੋਸ਼ ਹੋਏ, ਹੈਂ ਮੇਰਾ ਤਾਂ ਸਾਹ ਫੁੱਲ ਗਿਆ ਜੀ। ਇਹ ਆ ਜੀ ਇੱਥੇ ਸਾਰਾ ਝਾਕਾ ਭਾਕਾ ਇੱਥੋਂ ਦਾ। ਇਸ ਤੋਂ ਅੱਗੇ ਸਿਰਫ 3 ਕਿਲੋਮੀਟਰ ਚੜ੍ਹਾਈ ਆ ਸਾਰੀ, ਹੁਣ ਇਹ ਅੱਗੇ ਆ ਗਈ ਚੜ੍ਹਾਈ ਸਾਰੀ, ਅਤੇ
ਉੱਤੇ ਅਜੇਗਾ ਗੋਬਿੰਦ ਧਾਮ। ਹਾਂ, ਇਹ ਨਵਾਂ ਪੁੱਲ ਬਣਾਇਆ ਗਿਆ ਇੱਧਰ ਆ ਜੀ ਮੈਡੀਕਲ ਕੈਂਪ ਉੱਪਰਲੀ ਸਾਈਡ 'ਤੇ, ਆਹ ਇੱਥੇ ਜੇ ਇੱਥੇ ਮੈਡੀਕਲ ਕੈਂਪ ਆ, ਅਤੇ ਆਹ ਮੇਨ ਜਾ ਰਹੀ ਆ ਇੱਥੋਂ ਆ ਪੁੱਲ, ਅਤੇ ਆਪਾਂ ਆਏ ਹਾਂ ਜੀ ਪੁਰਾਣੇ ਪੁੱਲ ਥਾਣੀ ਇੱਧਰੋਂ, ਅਤੇ ਵਾਪਸੀ 'ਤੇ ਆਪਾਂ ਇੱਧਰੋਂ ਆਵਾਂਗੇ ਹੁਣ ਨਵੇਂ ਪੁੱਲ ਥਾਣੀ, ਅਤੇ ਮੈਡੀਕਲ ਕੈਂਪ ਵੀ ਤੁਹਾਨੂੰ ਦਿਖਾਵਾਂਗੇ, ਅਤੇ ਇਹ ਆ ਜੀ ਪੁਰਾਣਾ ਰਸਤਾ, ਉੱਪਰ ਆ ਨਵਾਂ ਰਸਤਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਣ ਲੱਗੀਆਂ ਜੀ ਪਰੌਠੇ ਇੱਥੇ ਪੁੱਲ ਲਾਗੋ। ਕਿਤਨੇ ਕਾ ਪਰੌਂਠਾ ਹੈ? 60 ਕਾ। ਠੀਕ, ਆ ਗਏ ਜੀ ਪਰੌਂਠੇ, ਨਾਲ ਮੁੰਡੇ ਪੀ ਰਹੇ ਆ ਜੀ ਦੁੱਧ, ਲਾਚੀ ਵਾਲੇ, ਲਾਚੀ ਵਾਲਾ ਦੁੱਧ ਭਾਜੀ, ਅਮੂਲ ਕਾ ਲਾਚੀ ਫਲੇਵਰ ਦੁੱਧ ਪੀਏਗੇ ਔਰ ਤਾਕਤ ਲੇਂਗੇ। ਐ ਜਾਦੇ ਭਾਈ, ਟਰਾਈ ਕਰਨੀ ਹੈ ਭਾਈ। ਆਪਾਂ ਇਧਰ ਖਾਣ ਲੱਗੇ ਜੀ ਪਰੌਂਠੇ, ਅੱਗੇ ਪੌੜੀਆਂ ਨਾਲ ਪੀਵਾਂਗੇ ਆਪਾਂ ਕੌਫੀ ਕਾਫੀ ਭਾਈ। ਤੁਸੀਂ ਲਾਚੀ? ਠੀਕ ਹੈ ਜੀ, ਤੇ ਆਪਾਂ ਖਾਵਾਂਗੇ ਜੀ ਹੁਣ ਪਰੌਂਠੇ ਐਂਡ ਕੌਫੀ, ਐ ਪੀਵਾਂਗੇ ਕੌਫੀ। ਠੀਕ, ਉਹ ਦੋਵੇਂ ਜੱਜ ਭਾਜੀ ਉੱਠੋ ਯਾਰ, ਆਪਾਂ ਲੇਟ ਹੋ ਰਹੇ ਹਾਂ। ਕੇਸਰ ਪਿਸਤਾ ਤੁਸੀਂ ਪੀ ਗਏ, ਤੁਸੀਂ ਉੱਠੇ ਨਹੀਂ ਜਾਂਦੇ ਹੁਣ। ਹੈਂ, ਚਲੀਏ ਜੀ ਕੇਸਰ ਪਿਸਤਾ ਜਿੰਦਾਬਾਦ, ਇਹਨਾਂ ਦੀ ਪ੍ਰਮੋਸ਼ਨ ਕਰਦੇ ਚੱਲੇ ਆ ਜੀ ਹੁਣ ਆਪਾਂ ਇੱਥੋਂ। ਉਹ ਆ ਗਿਆ ਜੀ ਹੈਲੀਕਾਪਟਰ, ਹੈਲੀਕਾਪਟਰ ਆ ਜਿਹੜੀ ਪੁੱਲ ਤੋਂ ਅੱਗੇ ਆਈ ਹੈ ਨਾ ਚੜ੍ਹਾਈ, ਇਹਨੇ ਇੱਕ ਵਾਰੀ ਜਾਣ ਕੱਢ ਲਈ ਬੰਦਿਆਂ ਦੀ, ਬਹੁਤ ਜ਼ਿਆਦਾ ਖੜੀ ਚੜ੍ਹਾਈ ਆ ਪੁੱਲ ਤੋਂ ਜਿਹੜੀ ਅੱਗੇ ਸੀ, ਜਿੱਥੋਂ ਪਰੌਂਠੇ ਖਾਧੇ ਨੇ, ਬਹੁਤ ਜ਼ਿਆਦਾ ਤਿੱਖੀ ਚੜ੍ਹਾਈ ਆ, ਰਾੜ ਕੱਢਦੀ ਪੂਰੀ ਹੈ ਚੜ੍ਹਾਈ, ਚੰਗੇ ਚੰਗਿਆਂ ਦੀ ਬਹਿਜਾ ਬਹਿਜਾ ਕਰਾ ਦੀ। ਮਾਮਾ ਤੂੰ ਕਰਾ ਪੁੱਲ ਆਪਣੇ ਆਪ ਖੱਟ। ਵਾਹ, ਕਿੱਧਰ ਚੱਲੇ ਭਾਜੀ? ਉਹ ਸਿੱਧਾ ਜਾਣਾ ਜੇ ਵੀ ਤੁਰ ਪਿਆ ਪਰੇ ਨੂੰ ਬੀਜੇਪੀ ਦਾ, ਓਏ ਬੀਜੇਪੀ ਦਾ ਨਾਂ ਲੈ ਤਾ ਦਾਰ ਤੇ ਹੁਣ ਗੱਲ ਮੁੱਕਦੀ ਮੁੱਕਦੀ ਫੁੱਲੂ ਕਰ ਗਿਆ। ਹਾਂ, ਵੋਟ ਕਿਹਨੂੰ ਪਾਈ ਸੀ? ਬੀਜੇਪੀ ਦਾ ਯਾ ਟੋਟਾ ਝੋਟਾ ਸਾਣ ਚੱਟ ਖੱਚ ਰੇਸ ਦਵਾਂ। ਲਓ ਜੀ ਪਹੁੰਚ ਗਿਆ ਜੀ ਹੈਲੀਪੈਡ ਵਾਲੀ ਜਗ੍ਹਾ ਤੇ, ਇਹ ਆ ਕੁਛ ਇੱਥੋਂ ਦਾ ਦ੍ਰਿਸ਼, ਅਤੇ ਸਾਹਮਣੇ ਸਨੋਅ ਵੀ ਹਜੇ ਪਈ ਹੋਈ ਆ, ਗਲੇਸ਼ੀਅਰ ਚੱਲਦਾ ਪਿਆ ਉੱਤੇ, ਉਹ ਬੱਸ ਕਰਾਤੀ ਐਰਕੀ, ਐਰਕੀ ਮਹਾਰਾਜ ਬੱਸ ਹੋ ਗਈ ਹੈ ਜਿਹੜੀ ਆ ਪੁੱਲ ਤੋਂ ਅੱਗੇ ਜਿਹੜੀ ਨਾ ਚੜ੍ਹਾਈ, ਉਹਨੇ ਤਾਂ ਬੱਸ ਕਰਾਤੀ। ਹੁਣ ਅੱਗੋ ਵੱਧ ਤੋਂ ਵੱਧ ਅੱਧਾ ਕਿਲੋਮੀਟਰ ਰਹਿ ਗਿਆ ਇੱਥੇ, ਅੱਗਾਂ ਘਰੀਆ ਪਿੰਡ ਆ, ਫਿਰ ਆ ਜਾਣਾ ਗੋਬਿੰਦ ਧਾਮ, ਅੱਧਾ ਕਿਲੋਮੀਟਰ ਸਿਰਫ ਰਹਿ ਗਿਆ, ਇੱਥੋਂ ਜਾਂਦੇ ਹਾਂ ਰੂਮ ਲੈਂਦੇ ਹਾਂ ਅਤੇ ਫਿਰ ਪੈਂਦੇ ਹਾਂ। ਹਲੋ ਜੀ, ਪਹੁੰਚ ਗਏ ਜੀ ਹੈਲੀਪੈਡਾਂ 'ਤੇ, ਇੱਥੋਂ ਨਾਲ ਹੀ ਅੱਗੇ ਗਾਂਘਰੀਆ ਪਿੰਡ ਆ ਉਹ ਸਾਹਮਣੇ, ਅਤੇ ਗੁਰਦੁਆਰਾ ਸਾਹਿਬ ਅੱਗੋਂ ਆ ਜੂਗਾ ਬਾਜ਼ਾਰ ਥਾਣੇ, ਅਤੇ ਬੱਸ ਹੋ ਗਈ
ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ, ਕਮਰਾ ਲੈਂਦੇ ਹਾਂ ਜੋ ਵੀ ਮਿਲਦਾ, ਬੈੱਡ ਜਾਂ ਕੁਛ ਵੀ, ਅਤੇ ਫਿਰ ਲੈਂਦੇ ਹਾਂ। ਬਾਰਾਂ ਵੱਜ ਗਿਆ, ਇਸ ਵੇਲੇ ਖਤਮ ਹੋ ਗਈ ਗੱਲਬਾਤ, ਸਾਢੇ 11-12 ਦਾ ਟਾਈਮ ਹੋ ਗਿਆ, 12 ਕੁ ਵਜੇ ਤੱਕ ਪਹੁੰਚ ਗਏ ਉੱਥੇ, ਤਾਂ ਵੀ 6:30 ਤੁਰੇ ਭਾਈ, 6 ਵਜੇ ਤੁਹਾਨੂੰ 6:30 ਤੁਰੇ ਥੱਲੋਂ, ਹੁਣ 11:30 ਕਿ 12 ਵੱਜ ਗਏ, 12:30 ਵੱਜ ਗਏ ਹੁੰਦੇ। ਚਲੋ ਪਹੁੰਚ ਗਏ ਹਾਂ, ਤਾਂ ਵੀ ਸਹੀ ਟਾਈਮ 'ਤੇ ਪਹੁੰਚ ਗਏ ਆਪਾਂ, ਹੈਂ ਸਹੀ ਟਾਈਮ 'ਤੇ ਪਹੁੰਚ ਗਏ ਜੀ। ਬਾਕੀ ਨਜ਼ਾਰੇ ਫੁੱਲ ਆ ਇੱਥੇ, ਆਖੋ ਸਾਹਮਣੇ ਗਲੇਸ਼ੀਅਰ ਝਰਨਾ ਵਗ ਰਿਹਾ, ਠੰਡੀਆਂ ਠੰਡੀਆਂ ਹਵਾਵਾਂ ਚੱਲ ਗਈਆਂ, ਇੱਥੇ ਫੋਟੋ ਸ਼ੂਟ ਹੋ ਰਹੇ ਨੇ ਲੋਕਾਂ ਦੇ। ਪਹੁੰਚ ਗਿਆ ਜੀ ਗੁਰਦੁਆਰਾ ਭੇਮਕੁੰਡ ਸਾਹਿਬ ਗੋਬਿੰਦ ਧਾਮ, ਮੁੰਡਾ ਪਹੁੰਚਿਆ, ਲਾਈਨ 'ਚ ਨਹੀਂ ਲੱਗਾ ਪਰ ਆ ਜੀ, ਇੱਥੋਂ ਕਮਰੇ ਦੀ ਬੁਕਿੰਗ ਹੁੰਦੀ ਆ, ਕਮਰੇ ਬੁਕਿੰਗ ਕਰਾ ਕੇ ਜਿਨ੍ਹਾਂ ਨੂੰ ਜਿੱਦਾਂ ਹਾਲ ਅਲੋਟ ਕਰ ਦਿੱਤੇ ਜਾਂਦੇ ਜਾਂ ਬੈੱਡ ਅਲੋਟ ਕੀਤੇ ਜਾਂਦੇ, ਸਾਨੂੰ ਵੀ ਬੈੱਡ ਅਲੋਟ ਹੋ ਗਏ ਆ। ਆਹ ਜਿਨ੍ਹਾਂ ਨੂੰ ਜਿਸ ਤਰ੍ਹਾਂ ਨਹੀਂ ਵੀ ਲੈਣਾ ਕਮਰਾ ਤਾਂ ਇੱਦਾਂ ਵੀ ਤੁਸੀਂ ਲੈ ਸਕਦੇ ਜੀ, ਕੰਬਲ ਲਓ, ਗੱਦੇ ਲਓ, ਆਰਾਮ ਨਾਲ ਪੈ ਜਾਓ। ਇੱਧਰ ਆ ਜੀ ਆਪਣਾ ਹਾਲ ਨੰਬਰ 3, ਉਹ ਯਾਰ ਉਹਨੂੰ ਕੀ ਕਮਰਾ ਪੁੱਛਣਾ ਜੇ, ਕਮਰਾ ਜਾਂ ਕੰਬਲ? ਹਾਂ ਉਹ ਵੇਖੋ ਉਹ ਹੈਗਾ ਹਾਲ, ਜਿਹੜਾ ਸਟੋਰ ਰੂਮ ਵੇਖੋ, ਕੰਬਲ ਮਿਲ ਜਾਣੇ ਸਾਰੇ। ਆਹ ਜੀ ਆਪਣਾ ਹਾਲ ਨੰਬਰ 3, ਆਹ ਜੀ ਆਪਣਾ ਬੈੱਡ ਜਿਹੜੇ ਮਿਲੇ ਆ 83 ABC ਅਤੇ D, ਇਹ 4 ਬੈੱਡ ਆਪਾਂ ਨੂੰ ਮਿਲੇ ਆ, ਡੋਰ ਮੈਟਰੀ ਆ ਸਾਰਾ ਇੱਥੇ, 3-3 ਬੈੱਡ ਲੱਗੇ ਆ। ਆਹ ਜੀ ਮੁੰਡੇ ਹੁਣੇ ਸ਼ਾਮ ਨੂੰ ਚੱਲੇ 6 ਵਜੇ ਹੇਮਕੁੰਡ ਸਾਹਿਬ, ਬਣਾ ਤਾਂ ਕਹਿਤਾ ਮੈਂ ਕਿ ਹੇਮਕੁੰਡ ਸਾਹਿਬ ਚੱਲੇ ਆ, ਜਾਓ ਤੁਸੀਂ ਜਾਓ। ਲੈ ਇੱਕ ਉਸਨੇ ਡਰ ਕੇ ਪਿੱਛੇ ਹੋ ਗਿਆ, ਇੱਕ ਅੱਗੇ ਜਾ ਕੇ ਪਾਣੀ ਠੰਡਾ ਠੰਡਾ ਠਾਰ ਪਾਣੀ, ਇਹ ਆ ਜੀ ਪੁਲੀ ਜਦੋਂ ਪਾਰ ਕਰਕੇ ਸਵੇਰੇ ਆਪਾਂ ਜਾਣਾ ਵਾ ਹੇਮਕੁੰਡ ਸਾਹਿਬ, ਉਹ ਇੱਥੇ ਉੱਤੇ ਜਾਣਾ, ਇੱਥੇ ਬਹੁਤ ਜ਼ਿਆਦਾ ਸੰਗਤ ਜਿਹੜੀ ਗਈ ਹੈ ਸਵੇਰੇ ਵਾਪਸ ਆ ਰਹੀ ਹੈ, ਬਹੁਤ ਜ਼ਿਆਦਾ ਪਾਣੀ ਦੀ ਆਵਾਜ਼ ਆ ਇੱਥੇ, ਨਾਲ ਛੰਨੀਆਂ ਭੁੱਲੀਆਂ ਸਾਡੀਆਂ ਜਾ ਰਹੀਆਂ ਮੁੰਡਿਆਂ ਨੂੰ ਇੱਥੇ।